नवजोत सिंह सिद्धू एक बार फिर जाएंगे पाकिस्तान गए हम नहीं कह रहे हैं उनकी पति डॉक्टर नवजोत कौर सिद्धू का कहना है जो आज एक निजी स्कूल के कार्यक्रम में हिस्सा लेने लुधियाना पहुंची इस दौरान तो उन्होंने लुधियाना के ट्रैफिक का जिक्र करते हुए कहा कि लुधियाना में ट्रैफिक की समस्या काफी बढ़ चुकी है और आज वो खुद लुधियाना के ट्रैफिक में आधा घंटा फंसी रही पिछले दिन आज थोड़ा लुधियाने बारे में डेवेलपमेंट बारे भी बहुत सारा स्टडी कर रही थी ਤੇ ਬੜਾ ਚੰਗਾ ਮੌਕਾ ਮਿਲਿਆ ਦੇਖਣ ਨੂੰ ਕਿ ਸ਼ਾਮ ਦੇ ਟਾਈਮ ਟ੍ਰਾਫਿਕ ਦਾ ਕੀ ਹਾਲ ਹੁੰਦਾ ਹੈ ਤੇ ਐਕਸਪੀਰੀਅੰਸ ਹੈ ਅੱਛਾ ਹੈਗਾ ਅੱਧਾ ਮਾਣਾ ਘੰਟਾ ਮੈਨੂੰ ਸਿਰਫ ਇੱਥੇ ਇੱਥੇ ਆਂਦੇ ਲੱਗ ਗਿਆ ਸੋ ਆਈ ਥਿੰਕ ਪਰ ਇਹ ਵੀ ਖੁਸ਼ੀ ਹੁੰਦੀ ਹੈ ਕਿ ਪੰਜਾਬ 'ਚ ਜੇ ਕੋਈ ਦੇਖੋ ਤਾਂ ਕੰਮ ਇੱਥੇ ਹੈਗਾ ਦੇਖੋ ਪਹਿਲਾਂ ਵੀ ਦੋਸਤ ਨੇ ਬੁਲਾਇਆ ਸੀ ਗਏ ਸੀਗੇ ਹੁਣ ਵੀ ਦੋਸਤ ਨੇ ਬੁਲਾਇਆ ਹੈ ਜੇ ਉੱਥੋਂ ਵਿਲੇ ਹੋਗੇ ਕਿਉਂਕਿ ਛੱਤੀਸਗੜ ਰਾਜਸਥਾਨ ਮੱਧ ਪ੍ਰਦੇਸ਼ ਦੀ ਇਲੈਕਸ਼ਨਸ ਮੇਰੀ ਵੀ ਉਹਨਾਂ ਨਾਲ ਕਾਟੀ ਗੱਲ ਹੋ ਰਹੀ ਹੈ ਸਾਰਾ 10-10 ਸਟ੍ਰੇਲੀਅਨ ਦਿੰਦਿਆਂ ਕਰ ਰਹੇ ਨੇ ਸੋ ਮੇਰੇ ਹਿਸਾਬ ਨਾਲ ਤਾਂ ਜ਼ਰੂਰ ਜਾਣਗੇ ਤੇ ਜਾਣਾ ਚਾਹੀਦਾ ਕਿਉਂਕਿ ਬਾਬੇ ਨਾਨਕ ਦੀ ਮਿਹਰ ਹੈ ਮੈਨੂੰ ਇਹ ਲੱਗਦਾ ਕਿ ਨੀ ਪੱਥਰ ਤਾਂ ਕਿ ਬੰਦੇ ਨੂੰ ਮੌਕਾ ਮਿਲੇ ਕਿ ਉਹ ਧਰਤੀ ਨੂੰ ਹੱਥ ਲਗਾਦਾ ਤਾਂ ਉਹ ਵੀ ਇੱਕ ਬਹੁਤ ਵੱਡ ਭਾਗੀ ਚੀਜ਼ ਹੈ ਵੀ ਤੁਹਾਨੂੰ ਪਰਮਾਤਮਾ ਨੇ ਬਖਸ਼ਿਸ਼ ਦਿੱਤੀ ਹੈ ਵੀ ਤੁਸੀਂ ਗੁਰੂ ਨਾਨਕ ਦੇਵ ਜੀ ਦੇ ਕੋਰੀਡੋਰ ਗੁਰਦੁਆਰੇ ਲਈ ਕੋਰੀਡੋਰ ਖੁੱਲਣ ਚ ਮੈਂ ਤਾਂ ਕਹਿੰਦਾ ਇੱਟ ਵੀ ਰੱਖ ਸਕਾਂ ਮੈਂ ਧਰਤੀ ਦੀ ਉਸ ਧਰਤੀ ਨੂੰ ਛੂ ਵੀ ਸਕਾਂ ਉਹ ਵੀ ਬਹੁਤ ਵੱਡੀ ਗੱਲ ਹੁੰਦੀ ਹੈ ਦੇਖੋ ਹਰ ਬੰਦਾ ਕਦੇ ਵੀ ਕੋਈ ਇਹ ਜਿਹਾ ਅਟੈਕ ਹੁੰਦਾ ਕੋਈ ਵੀ ਬੰਦਾ ਵਿਸ਼ਵਾਸ ਨਹੀਂ ਕਰਦਾ ਕਿ ਮੇਰਾ ਬੱਚਾ ਕੋਈ ਗਲਤ ਰਸਤੇ ਪੈ ਗਿਆ ਬਹੁਤ ਸਾਰੀਆਂ ਮਜਬੂਰੀਆਂ ਹੋ ਜਾਂਦੀਆਂ ਜਿਸ ਕਰਕੇ ਸੋ ਮੈਂ ਕਹਿੰਨੀ ਹੈ ਇੱਕ ਇੰਟੈਲੀਜੈਂਸ ਦਾ ਮਾਮਲਾ ਹੈ ਪੁਲਿਸ ਦਾ ਮਾਮਲਾ ਹੈ ਅੱਜ ਕੱਲ ਇਹ ਤਾਂ ਹੋ ਨਹੀਂ ਸਕਦਾ ਤੇ ਨਾ ਸੀਐਮ ਸਾਹਿਬ ਇਹ ਜੀਆਂ ਗੱਲਾਂ ਕਰਦੇ ਨੇ ਕਿ ਕਿਸੇ ਘਰ ਤੋਂ ਚੱਕ ਕੇ ਕੈਦ ਦੇਣਗੇ ਬਈ ਤੂੰ ਕੀ ਤੇ ਫੜ ਲੋ ਇਹ ਨੀ ਇਜ਼ੀ ਨਹੀਂ ਹੁੰਦਾ ਅੱਜ ਦੇ ਸਮੇਂ ਚ ਐ ਪਕੜ ਕੇ ਕਿਸੇ ਤੇ ਇਲਜ਼ਾਮ ਲਾਨੇ ਐਂਡ ਉਹ ਮੰਨੇ ਵੀ ਹੈ ਪੁਲਿਸ ਦੇ ਅੱਗੇ ਤੋਂ ਮੈਨੂੰ ਲੱਗਦਾ ਇੰਟੈਲੀਜੈਂਸ ਏਜੰਸੀਜ਼ ਦਾ ਕੰਮ ਰਹਿੰਦੀ ਹੈ ਪਰ ਜੋ ਇਹ ਕੋਈ ਕੋਸ਼ਿਸ਼ ਕਿਸੇ ਵੀ ਪਾਰਟੀ ਵੱਲੋਂ ਜੇ ਕੀਤੀ ਗਈ ਕਿਉਂਕਿ ਮੈਂ ਹਮੇਸ਼ਾ ਮੰਨਦੀ ਆ ਕਾਲੀ ਦਲ ਜਦੋਂ ਜਾਣ ਵਾਲੀ ਹੁੰਦੀ ਆ ਉਹਨਾਂ ਦਾ ਇੱਕ ਫਰੈਂਟਿਕ ਐਫਰਟ ਹੁੰਦਾ ਹੈ ਕਿ ਜਿਹੜਾ ਇੱਥੇ ਦਾ ਮਾਹੌਲ ਹੈ ਉਹਨੂੰ ਖਰਾਬ ਕੀਤਾ ਜਾਵੇ ਸੋ ਪੰਜਾਬ ਦੇ ਲੋਕ ਇੰਨੇ ਸਿਆਣੇ ਤੇ ਇੰਨੇ ਸਮਝ ਚੁੱਕੇ ਆ ਕਿ ਕੋਈ ਵੀ ਇਹ ਜਨ ਇਨਸੀਡੈਂਟ ਕੀਤਾ ਜਾਏਗਾ ਅ ਜਿਮ ਹਾਲ ਖਰਾਬ ਕਰਨ ਲਈ ਕੀਤਾ ਗਿਆ ਤਾਂ ਪੰਜਾਬੀ ਅੱਜ ਦੀ ਡੇਟ 'ਚ ਉਹ ਐਕਸੈਪਟ ਕਰਨ ਨੂੰ ਤਿਆਰ ਨਹੀਂ ਨੇ ਜੋ ਲੜਾਈਆਂ ਪਵਾਉਂਦੀਆਂ ਕੋਸ਼ਿਸ਼ ਕਰਦੇ ਨੇ ਸੈਕਟਸ ਦੇ ਵਿੱਚ ਉਹ ਹੋ ਨਹੀਂ ਦਿੱਤਾ ਜਾਏਗਾ ਤੇ ਪੰਜਾਬ ਦਾ ਮੇਨ ਕੰਸਰਨ ਇਹ ਹੈ ਕਿ ਪੰਜਾਬ ਦੇ ਮਾਹੌਲ ਨੂੰ ਖਰਾਬ ਨਾ ਕਰਨ ਦਿੱਤਾ ਜਾਵੇ। ਆ ਦੇਖੋ ਇਹ ਜੇ ਕਮੈਂਟਸ ਜੋ ਆਪੀ ਲੀਡਰ ਆਨਸਰ ਕਰਨ ਤਾਂ ਬੈਟਰ ਹੈ। ਮੇਰਾ ਇਹ ਮੰਨਣਾ ਹੈ ਕਿ ਇੱਕ ਲੀਡਰ ਜਦੋਂ ਤੁਸੀਂ ਇੱਕ ਪੋਲੀਟੀਕਲ ਪਾਰਟੀ ਨੂੰ ਰਿਪਰੈਜ਼ੈਂਟ ਕਰਦੇ ਹੋ ਜਾਂ ਇੱਕ ਲੀਡਰ ਬਣ ਜਾਂਦੇ ਹੋ ਤਾਂ ਹਰ ਲੀਡਰ ਨੂੰ ਜ਼ਰੂਰੀ ਹੈ ਕਿ ਆਪਣੀ ਜ਼ੁਬਾਨ ਤੇ ਕੰਟਰੋਲ ਹੋਵੇ ਜੋ ਬੋਲਦਾ ਹੈ ਜੋ ਕਹਿ ਰਿਹਾ ਉਹ ਇੱਕ ਰਿਫਲੈਕਸ਼ਨ ਹੈ ਜੋ ਲੋਕ ਤੁਹਾਨੂੰ ਫੋਲੋ ਕਰ ਰਹੇ ਆ ਆਪਣੇ ਲੀਡਰ ਨੂੰ ਦੇਖ ਰਹੇ ਆ ਕਿ ਕੀ ਬੋਲ ਰਿਹਾ ਸੋ ਬਹੁਤ ਸੋਚ ਸਮਝ ਕੇ ਗੱਲ ਕਰਨੀ ਚਾਹੁੰਦੀ ਹੈ ਚਾਹੀਦੀ ਹੈ ਤਾਂ ਮੈਂ ਤਾਂ ਇਹ ਵੀ ਕਹਿੰਨੀ ਆ ਕਿ ਲੀਡਰਸ ਆਪਣੀ ਜ਼ਿੰਦਗੀ ਚ ਜੋ ਕਰਦੇ ਆ ਬਾਕੀ ਲੋਕਾਂ ਨੂੰ ਮਾਫੇ ਪਰ ਲੀਡਰ ਨੂੰ ਮਾਫ ਨਹੀਂ ਹੈ ਕਿਉਂਕਿ ਲੀਡਰ ਦੇ ਪਿੱਛੇ ਬਹੁਤ ਸਾਰੇ ਲੋਕ ਉਹਨੂੰ ਦੇਖਦੇ ਆਂ ਲੀਡਰ ਕਿਵੇਂ ਵਿਵਹਾਰ ਕਰ ਰਿਹਾ ਆਪਣਾ ਸੋਸ਼ਲ ਲੈਵਲ ਤੇ ਕਿਵੇਂ ਆਫੀਸਰਸ ਨਾਲ ਬਿਹੇਵ ਕਰ ਰਿਹਾ ਹੈ ਸੋਸ਼ਲ ਬਿਹੇਵੀਅਰ ਕੀ ਹੈ ਸੋਸ਼ਲ ਲੈਂਗੁਏਜ ਕੀ ਯੂਜ਼ ਕਰ ਰਿਹਾ ਹੈ ਮੇਰੇ ਹਿਸਾਬ ਨਾਲ ਉਹਦੇ ਤੇ ਧਿਆਨ ਦੇਣਾ ਬਹੁਤ ਜ਼ਰੂਰੀ ਹੈ ਜੇ ਤੁਸੀਂ ਪੋਲਿਟੀਕਲ ਕਿਉਂਕਿ ਕਿਤੇ ਨਾ ਕਿਤੇ ਪੋਲਿਟੀਕਲ ਪਾਰਟੀ ਦਾ ਨੁਕਸਾਨ ਹੋ ਜਾਂਦਾ ਹੈ ਜਦੋਂ ਇੱਕ ਲੀਡਰ ਉੱਠ ਕੇ ਇਹੀ ਜੀ ਇਰਿਸਪੋਨਸਿਬਲ ਸਟੇਟਮੈਂਟਸ ਕਰ ਦਿੰਦਾ ਹੈ